हाँ जी, सत श्री अकाल जी सारे नू। किदा जी सारे, आई होप तुसी सारे वधिया एंड ठीक ठाक होंगे। ते करदे हां जी फिर आपां अज दी ये वीडियो शुरू। ते अज आपां बनावांगे तुहाडे वास्ते स्पैशल बर्फी। बर्फी रेसिपी तुहाडे नाल शेयर करांगे। हुण गर्मियां चल रहियां, कोई भी विआह नहीं आ रहा, बर्फियां नहीं, विआह ते आपां खा लैने आ, ना कोई त्यौहार है चल रहे ने भी आपां त्यौहारां च बर्फी लै आने आ। ਤੇ ਕਈ ਵਾਰੀ ਕਈਆਂ ਦਾ ਦਿਨ ਜੀ ਬਹੁਤ ਕਰਦਾ ਹੈ ਖਾਣ ਨੂੰ ਬਰਫੀ, ਤੇ ਅੱਜ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਬਰਫੀ ਬਣਾਉਣੀ ਸਿਖਾਵਾਂਗੇ, ਜਿਹੜੀ ਤੁਸੀਂ 10 ਤੋਂ 15 ਮਿੰਟ 'ਚ ਆਪਣੇ ਘਰ ਬਣਾ ਲਓਗੇ, ਤੇ ਉਹ ਐਨ ਉਹੀ ਜੀ ਟੇਸਟ ਕਰੂਗੀ ਜਿਵੇਂ ਤੁਸੀਂ ਬਾਹਰ ਹਲਵਾਈਆਂ ਦੀ ਬਣਾਈ ਹੋਈ ਬਰਫੀ ਖਾਂਦੇ ਆ। ਤੇ ਇਹਦੇ 'ਚ ਲਾਗਤ ਵੀ ਬਹੁਤ ਘੱਟ ਹੈ, ਤੁਹਾਡੇ ਘਰ ਲਗਭਗ ਸਾਰਾ ਹੀ ਸਮਾਨ ਹੋਊਗਾ, ਤੇ ਕੋਈ ਦੁੱਧ ਕੋਈ ਖੋਏ ਦਾ ਆਪਾਂ ਯੂਜ਼ ਨਹੀਂ ਕਰਦੇ। ਜੇ ਆਪਾਂ ਆਪਣੇ ਮਨ 'ਚ ਕਈ ਵਾਰੀ ਇਹ ਸਵਾਲ ਆਉਂਦਾ ਕਿ ਜਦੋਂ ਵੀ ਆਪਾਂ ਬਣਾਉਣੀ ਹੈ ਬਰਫੀ ਤਾਂ ਖੋਆ ਕੱਢਣਾ ਪਊਗਾ, ਵੀ ਬਹੁਤ ਔਖੀ ਹੈ ਬਣਾਉਣੀ ਬਰਫੀ, ਪਰ ਇੱਦਾਂ ਦਾ ਕੁਛ ਨਹੀਂ ਹੈ, ਆਪਾਂ ਹੋਰ ਤਰੀਕਿਆਂ ਨਾਲ ਵੀ ਬਰਫੀ ਬਣਾ ਸਕਦੇ ਹਾਂ। ਐਨ ਸਵਾਦ ਟੇਸਟੀ, ਐਨ ਵਧੀਆ ਉਵੇਂ ਦੀ ਉਹ ਲੱਗਦੀ ਹੈ ਜਿਵੇਂ ਦੀ ਬਾਹਰ ਆਪਾਂ ਖਾਂਦੇ ਹਾਂ, ਤੇ ਸਮਕਾ ਬਹੁਤ ਸਵਾਦ। ਘਰ 'ਚ ਆਪਾਂ ਕੀ ਕੂ ਪਾ ਕੇ ਨਾ ਬਰਫੀ ਤੁਹਾਨੂੰ ਹੁਣ ਬਣਾਉਣੀ ਸਿਖਾਵਾਂਗੇ, ਤੇ ਬਣੇ ਰਹੋ ਵੀਡੀਓ ਦੇ ਨਾਲ, ਪੂਰੀ ਵੀਡੀਓ ਜ਼ਰੂਰ ਦੇਖਿਓ, ਤੇ ਆ ਤੁਹਾਨੂੰ ਚੰਗੀ ਤਰ੍ਹਾਂ ਐਨ ਵਧੀਆ ਬਰਫੀ ਬਣਾਉਣੀ ਆ ਜਾਊਗੀ ਜੇ 10 ਤੋਂ 15 ਮਿੰਟ 'ਚ ਤੁਸੀਂ ਬਣਾ ਕੇ, ਤੇ ਉਹ ਅੱਧੇ ਘੰਟੇ 'ਚ ਜੰਮ ਜਾਊਗੀ ਤੁਹਾਡੀ, ਤੇ ਫਿਰ ਤੁਸੀਂ ਖਾ ਸਕਦੇ ਹੋ। ਤੇ ਜਿਹੜੀਆਂ ਚੀਜ਼ਾਂ ਦੀ ਬਰਫੀ ਬਣਾਉਣ ਵਾਸਤੇ ਲੋੜ ਹੈ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਤੁਹਾਨੂੰ ਚਾਹੀਦਾ ਮੈਦਾ, ਤੇ ਇੱਕ ਚਾਹੀਦੀ ਹੈ ਚੀਨੀ, ਤੇ ਇੱਕ ਚਾਹੀਦਾ ਦੇਸੀ ਘਿਓ। ਬਸ ਇਹ ਤਿੰਨ ਚੀਜ਼ਾਂ ਚਾਹੀਦੀਆਂ, ਤਿੰਨ ਚੀਜ਼ਾਂ 20 ਰੁਪਏ ਲੱਗਣੇ ਆ, 20 ਰੁਪਏ ਦਾ ਬਾਹਰ ਤੋਂ ਬਸ ਉਹ ਲਿਆਇਓ ਤੁਸੀਂ ਜਾ ਕੇ, ਮੈਦਾ ਲੈ ਕੇ ਆਉਣਾ ਪਊਗਾ ਦੁਕਾਨ 'ਚੋਂ, 20 ਰੁਪਏ ਦਾ ਲਿਆਇਓ ਬਹੁਤ ਹੈ, ਤੇ ਬਾਕੀ ਚੀਨੀ ਤੁਹਾਡੇ ਘਰ ਹੋਊਗੀ, ਦੇਸੀ ਘਿਓ ਵੀ ਹੋਊਗਾ, ਤੇ ਬਸ ਇਹ ਚੀਜ਼ਾਂ ਚਾਹੀਦੀਆਂ ਨੇ। ਬਾਕੀ ਇੱਕ ਦੋ ਚੀਜ਼ ਹੋਰ ਹੈ, ਉਹ ਮੈਂ ਐਕਸਟਰਾ ਜੇ ਉਹ ਆਪਸ਼ਨਲ ਹੈ ਚੀਜ਼ ਉਹ ਐਡ ਕਰਨੀਆਂ ਕਰ ਲਿਓ। ਤੇ ਹੁਣ ਬਣਾਉਂਦੇ ਆ 10 ਤੋਂ 15 ਮਿੰਟ 'ਚ ਵਾਲੀ ਬਰਫੀ, ਟੇਸਟੀ ਟੇਸਟੀ, ਤੁਸੀਂ ਵੀ ਜ਼ਰੂਰ ਟਰਾਈ ਕਰੋ। ਚਲੋ ਲਓ ਜੀ, ਹੁਣ ਆਪਾਂ ਬਣਾਉਣ ਲੱਗੇ ਹਾਂ ਆਪਣੀ ਬਰਫੀ। ਬਰਫੀ ਵਾਸਤੇ ਤੁਹਾਨੂੰ ਇੱਕ ਇਹ ਪੈਨ ਚਾਹੀਦਾ ਐਵੇਂ ਦਾ, ਤੇ ਐਵੇਂ ਦਾ ਪੈਨ ਲੈ ਲਓ ਇੱਕ, ਇੱਧਰ ਆਪਾਂ ਰੋਟੀ ਬਣਾ ਰਹੇ ਹਾਂ, ਤੇ ਐਵੇਂ ਦਾ ਪੈਨ 'ਚ ਆਪਾਂ ਸਭ ਤੋਂ ਪਹਿਲਾਂ ਐਡ ਕਰਨਾ ਇਸ ਦੇਸੀ ਘੀ। ਮੈਂ ਦੇਸੀ ਘੀ ਤੁਹਾਨੂੰ ਦੱਸਦਾ ਤੁਸੀਂ ਕਿੰਨਾ ਕੁ ਐਡ ਕਰਨਾ ਇਹਦੇ ਵਿੱਚ, ਤੇ ਆਹ ਦੇਖੋ ਜੀ ਹੁਣ ਆਪਾਂ ਨੇ ਦੇਸੀ ਘੀ ਦੇਖ ਲਓ ਕਿੰਨਾ ਕੁ ਐਡ ਕਰਨਾ ਹੈ, ਬੜੇ 3 ਚਮਚੇ ਐਡ ਕਰਨੇ ਆ। ਇਹ ਹੋ ਗਿਆ ਜੀ ਇੱਕ, ਇਹ ਇੱਕ ਹੋ ਗਿਆ, ਠੀਕ ਹੈ ਜੀ, ਤੇ ਆਹ ਆਹ 2 ਹੋ ਗਏ, ਠੀਕ ਹੈ ਜੀ, ਬਸ 2 ਚਮਚੇ, 2 ਤੋਂ 2.5, ਇੱਕ ਹੋਰ ਬੜੇ ਚਮਚੇ, ਆਹ ਦੇਖੋ 3 ਚਮਚੇ ਆਪਾਂ ਨੇ ਦੇਸੀ ਘਿਓ ਦੇ ਪਾਉਣੇ ਆ। ਅਤੇ ਫਿਰ ਹੁਣ ਚਲਾ ਦੇਣਾ ਆਪਾਂ ਨੇ ਗੈਸ, ਅਤੇ ਆਪਾਂ ਨੇ ਜੀ ਹੁਣ ਰੱਖ ਲਿਆ, ਦੇਖੋ ਗੈਸ ਬਾਲਤੀ, ਗੈਸ ਥੋੜ੍ਹੀ ਜਿਹੀ ਲੋਏ ਰੱਖੀ ਆਪਾਂ ਨੇ, ਅਤੇ ਇੰਨੇ ਆਪਣਾ ਇਹ ਪਿੰਗਲ ਜਾਂਦਾ, ਇੰਨੇ ਆਪਾਂ ਪਾਲਾਂਗੇ ਮੈਦਾ। ਅਤੇ ਲਓ ਜੀ ਹੁਣ ਆਪਾਂ ਥੋੜ੍ਹਾ ਥੋੜ੍ਹਾ ਮੈਦਾ ਪਾ ਕੇ ਇਹਨੂੰ ਚਲਾਈ ਜਾਵਾਂਗੇ, ਆਪਾਂ ਨੇ ਗੋਲੀਆਂ ਨਹੀਂ ਬਣਨ ਦੇਣੀਆਂ ਮੈਦੇ ਦੀਆਂ। ਆਹ ਦੇਖੋ ਪਹਿਲਾਂ ਇੰਨਾ ਕੁ ਪਾ ਕੇ ਇਹਨੂੰ ਮਿਕਸ ਕਰ ਲਾਂਗੇ, ਐਵੇਂ ਭੁੰਨਣਾ ਆਪਾਂ ਨੇ ਮੈਦਾ। ਐਵੇਂ ਪਾਉਣਾ, ਫਿਰ ਹੋਰ ਐਡ ਕਰ ਲੈਣਾ ਇੱਦਾਂ ਹੀ, ਆਹ ਦੇਖੋ ਥੋੜ੍ਹਾ ਥੋੜ੍ਹਾ ਪਾ ਕੇ ਇੱਦਾਂ, ਬਸ ਇੱਦਾਂ ਚਲਾਉਂਦੇ ਰਹਿਣਾ। ਆਹ ਦੇਖੋ ਇੱਦਾਂ, ਹੋਰ ਪਾ ਲਾਂਗੇ ਜੀ ਆਪਾਂ ਹੁਣ ਮੈਦਾ, ਅਤੇ ਇਹਨੂੰ ਵੀ ਚੰਗੀ ਤਰ੍ਹਾਂ ਐਵੇਂ ਮਿਕਸ ਕਰ ਦਾਂਗੇ। ਦੇਖੋ ਜੀ 2 ਤੋਂ 3 ਮਿੰਟ ਆਪਾਂ ਨੇ ਭੁੰਨਣਾ, ਅਤੇ ਭੁੰਨ ਕੇ ਇਹਦਾ ਰੰਗ ਇਹੋ ਜਿਹਾ ਹੋ ਜਾਊਗਾ, ਅਤੇ ਫਿਰ ਹੁਣ ਆਪਾਂ ਨੇ ਕਰ ਦੇਣੀ ਹੈ ਜੀ ਆਪਣੀ ਗੈਸ ਬੰਦ। ਤਾਂ ਦੇਖੋ ਬਸ ਗੋਲੀਆਂ ਜੀ ਨਹੀਂ ਬਣ ਦੇਣੀਆਂ, ਦੇਖੋ ਆਪਣਾ ਚੰਗੀ ਤਰ੍ਹਾਂ ਹੁਣ ਮੈਦਾ ਜਿਹੜਾ ਉਹ ਭੁੰਨ ਹੋ ਗਿਆ, ਦੇਖੋ ਤਾਂ ਦੇਖੋ ਵਧੀਆ ਤਰੀਕੇ ਨਾਲ, ਆ 2-3 ਮਿੰਟ ਲੱਗੇ ਨੇ ਇਹਨੂੰ। ਅਤੇ ਹੁਣ ਆਪਾਂ ਕਰ ਦਿੰਦੇ ਹਾਂ ਆਪਣੀ ਗੈਸ ਜਿਹੜੀ ਹੈ ਬੰਦ। ਅਤੇ ਇੱਕ ਗੱਲ ਦੀ ਗੌਰ ਕਰਿਓ ਜੀ ਤੁਸੀਂ ਨਾ, ਇਹ ਇੱਕ ਐਵੇਂ ਦਾ ਕੋਈ ਵੀ ਸਾਈਜ਼ ਦੀ ਇੱਕ ਚੀਜ਼ ਲੈ ਲਿਓ ਜਿਹਦੇ ਪਰ ਤੁਹਾਨੇ ਸਾਰਾ ਕੁਝ ਬਣਾਉਣਾ। ਹੁਣ ਦੇਖੋ ਮੈਂ ਹਾਂ ਅੱਧੀ ਗਲਾਸੀ ਆਪਾਂ ਨੇ ਪਾਣੀ ਦੀ ਪਾਈ ਹੈ, ਗੈਸ ਗਰਮ ਹੋ ਗਿਆ ਸੀਗਾ, ਅਤੇ 1/2 ਗਲਾਸੀ ਆਪਾਂ ਨੇ ਪਾਣੀ ਦੀ ਪਾਈ ਹੈ, 1 ਗਲਾਸੀ ਇਹਦੀ, ਇਹ ਹਿਸਾਬ ਨਾਲ ਮੈਦਾ ਪਾਇਆ ਆਪਾਂ ਨੇ, ਅਤੇ 4 ਕੁ ਚਮਚੇ ਆਪਾਂ ਨੇ ਦੇਸੀ ਘਿਓ ਦੇ ਪਾਏ ਹੈ, ਅਤੇ 1/2 ਗਲਾਸੀ ਆਪਾਂ ਉਹਦੀ ਪਾਵਾਂਗੇ ਇਹਦੇ ਵਿੱਚ ਚੀਨੀ ਦੀ। ਹੁਣ ਆਪਾਂ ਨੇ ਪਾਉਣੀ ਹੈ ਚੀਨੀ, ਆਹ ਦੇਖੋ ਜੀ 1/2 ਕੱਪ ਆਪਾਂ ਨੇ ਚੀਨੀ ਪਾਣੀ ਹੈ, ਚਾਣੀ ਕਰ ਲੈਣੀ ਹੈ ਇਹਦੀ, ਆਹ ਦੇਖੋ, ਅਤੇ ਬਸ ਇਹਦੀ ਆਪਾਂ ਨੇ ਚਾਣੀ ਕਰ ਲੈਣੀ ਹੈ ਚੰਗੀ ਤਰ੍ਹਾਂ। ਅਤੇ ਲਓ ਜੀ ਆਪਾਂ ਗੈਸ ਕਰ ਦਿੰਦੇ ਹਾਂ ਜਿਹੜਾ ਤੇਜ਼, ਅਤੇ ਆਪਣੀ ਜਿਹੜੀ ਚੀਨੀ ਆ ਉਹ ਖੁਰਜੂਗੀ, ਅਤੇ ਚੀਨੀ ਵਾਲਾ ਕੰਮ ਮੇਨ ਕਰਨਾ ਜੀ ਆਪਾਂ, ਜਦੋਂ ਧਾਰ ਜੀ ਬਣੂਗੀ
ਜਦੋਂ ਤੱਕ ਆਪਾਂ ਨੇ ਭੁੰਨਣੀ ਹੈ ਅਤੇ ਆਹ ਆਪਣਾ ਕੰਮ ਹੋਇਆ ਪਿਆ ਅਤੇ ਇਹਨੂੰ ਇੱਥੇ ਸਾਈਡ 'ਤੇ ਰੱਖ ਦਿੰਦਾ ਇੰਨੇ ਮੈਂ ਆਹ ਤੱਤਾ ਹੋਣਾ ਕੋਈ ਹੱਥ ਨਾਲ ਲਾਇਓ ਇਹਨੂੰ ਅਤੇ ਦੇਖੋ ਜੀ ਮੇਰੀ ਚੀਨੀ ਰਿੱਝਦੀ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਗਾੜਾ ਕਰਨਾ ਇਹਨੇ ਐਵੇਂ ਰੱਖੀ ਰੱਖੋ ਐਵੇਂ ਮਿਕਸ ਕਰਦੇ ਰਹੋ ਫਿਰ ਚਾਣੀ ਛੇਤੀ ਬਣ ਜੂਗੀ ਅਤੇ ਆਹ ਦੇਖੋ ਜੀ ਆਪਣੀ ਜਿਹੜੀ ਇੱਕ ਤਾਰ ਵਾਲੀ ਉਹ ਹੈ ਬਣ ਗਈ ਚਾਣੀ ਆਹ ਦੇਖੋ ਇਸ ਤਰ੍ਹਾਂ ਕਿ ਆਪਾਂ ਨੇ ਗਾੜੀ ਜੀ ਕਰ ਲੈਣੀ ਹੈ ਅਤੇ ਹੁਣ ਮੈਂ ਇੱਧਰ ਗੈਸ ਕਰਦਾ ਬੰਦ ਅਤੇ ਆਹ ਹੁਣ ਚਾਣੀ ਮੈਂ ਉਹ ਜਿਹੜਾ ਆਪਣਾ ਉਹ ਬਣਾਇਆ ਸੀਗਾ ਭੁੰਨਿਆ ਸੀਗਾ ਮੈਦਾ ਉਹ ਮੈਂ ਕੱਢ ਲਿਆ ਅਤੇ ਹੁਣ ਮੈਂ ਉਹਦੇ ਵਿੱਚ ਪਾ ਦਾਂਗਾ ਚਾਣੀ ਨੂੰ ਅਤੇ ਆਹ ਚਾਣੀ ਮੈਂ ਇਹਦੇ ਵਿੱਚ ਪਾ ਦਿੰਦਾ ਆਹ ਚਾਣੀ ਮੈਂ ਇਹਦੇ ਵਿੱਚ ਪਾ ਤੀ ਅਤੇ ਹੁਣ ਇਹਦੇ ਵਿੱਚ ਚਾਣੀ ਪਾ ਤੀ ਅਤੇ ਹੁਣ ਮੈਂ ਇਹ ਗੈਸ ਔਨ ਕਰਨਾ ਅਤੇ ਆਹ ਮੈਂ ਇੱਧਰ ਪੇਸਟ ਸਾਰਾ ਜਿਹੜਾ ਆਪਾਂ ਬਣਾਇਆ ਸੀਗਾ ਭੁੰਨ ਕੇ ਮੈਦਾ ਇੱਧਰ ਕੱਢ ਲਿਆ ਇਹ ਹੌਲੀ ਹੌਲੀ ਆਪਾਂ ਐਡ ਕਰਾਂਗੇ ਅਤੇ ਮਿਕਸ ਕਰਾਂਗੇ ਇਹਨੂੰ ਅਤੇ ਲਓ ਜੀ ਹੁਣ ਆਪਾਂ ਐਡ ਕਰ ਲੈਂਦੇ ਹਾਂ ਥੋੜ੍ਹਾ ਥੋੜ੍ਹਾ ਅਤੇ ਮਿਕਸ ਕਰਦੇ ਜਾਇਓ ਤੁਸੀਂ ਐਵੇਂ ਐਡ ਕਰਕੇ ਗੋਲੀਆਂ ਨਾ ਬਣਨ ਦਿਓ ਚਾਣੀ ਮੈਨੂੰ ਲੱਗਦਾ ਮੇਰੀ ਥੋੜ੍ਹੀ ਜਿਹੀ ਜ਼ਿਆਦਾ ਪਰ ਕੋਈ ਨਹੀਂ ਇਹ ਮਿਕਸ ਹੋ ਜੂਗਾ ਚੰਗੀ ਤਰ੍ਹਾਂ ਲੋ ਫਲੇਮ ਗੈਸ ਰੱਖਿਓ ਜੀ ਆਪਣੀ ਆਹ ਦੇਖੋ ਐਵੇਂ 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 ਘੁੰਮਾਉਂਦੇ ਜਾਓ ਭੁੰਨਿਆ ਹੋਇਆ ਮੈਦਾ ਅਤੇ ਹੋਰ ਪਾ ਦਾਂਗੇ ਇਹਦੇ ਵਿੱਚ ਆਹ ਦੇਖੋ ਇੱਦਾਂ ਮਿਕਸ ਕਰਨਾ ਉਹਨੂੰ ਬਾਕੀ ਸਾਰਾ ਪਾ ਦੇਣਾ ਆਪਾਂ ਇੱਕ ਅਤੇ ਹੁਣ ਇਹਨੂੰ ਮਿਕਸ ਕਰ ਲਓ ਇੱਦਾਂ ਇਹਦੇ 'ਤੇ ਤੁਸੀਂ ਐਂ ਗੋਲੀਆਂ ਨਾ ਬਣਨ ਦਿਓ ਇਹਨੂੰ ਚੰਗੀ ਤਰ੍ਹਾਂ ਐਵੇਂ ਮਿਕਸ ਕਰ ਲਿਓ ਆਹ ਦੇਖੋ ਇੱਦਾਂ ਆਹ ਦੇਖੋ ਇੱਦਾਂ ਦਾ ਹੋ ਜਾਊਗਾ ਇਹਨੂੰ ਹੋਰ ਚੰਗੀ ਤਰ੍ਹਾਂ ਮਿਕਸ ਕਰਨਾ ਤੁਹਾਨੂੰ ਤੁਸੀਂ ਜਦੋਂ ਤੱਕ ਇਹ ਆਟਾ ਜਾਂ ਨਹੀਂ ਬਣ ਜਾਂਦਾ ਕੋਈ ਆਪਣਾ ਇੱਦਾਂ ਹੋ ਗਿਆ ਹੁਣ ਇਹ ਆਹ ਦੇਖੋ ਇਹਨੂੰ ਚੰਗੀ ਤਰ੍ਹਾਂ ਜਦੋਂ ਤੱਕ ਇਹ ਪੂਰਾ ਐਨ ਚੰਗੀ ਤਰ੍ਹਾਂ ਕੈੜਾ ਜਿਹਾ ਹੋ ਜੂਗਾ ਇਹ ਆਟਾ ਜਿਹਾ ਬਣ ਜੂਗਾ ਜਦੋਂ ਆਪਾਂ ਆਟਾ ਗੁੰਨਦੇ ਹਾਂ ਉੱਦਾਂ ਤੱਕ ਇਹਦਾ ਆਪਾਂ ਨੇ ਲੋਅ ਫਲੇਮ 'ਤੇ ਐਵੇਂ ਐਵੇਂ ਇਹਨੂੰ ਘੁਮਾਉਣਾ ਅਤੇ ਗੋਲੀਆਂ ਨਾ ਬਣਨ ਦਿਓ ਜੀ ਥੋੜ੍ਹੀ ਥੋੜ੍ਹੀ ਇੱਕ ਦੋ ਗੋਲੀ ਮੇਰੇ ਕੋਲ ਵੀ ਬਣ ਗਈ ਜਦੋਂ ਭੁੰਨਣਾ ਹੁੰਦਾ ਜਦੋਂ ਥੋੜ੍ਹਾ ਦੇਖ ਕੇ ਭੁੰਨਣਾ ਹੁੰਦਾ ਇਹ ਅਤੇ ਬਰਫੀ ਬਹੁਤ ਟੇਸਟੀ ਬਣੂਗੀ ਜੀ ਆਪਣੀ ਅਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਮਿਲਕ ਪਾਊਡਰ ਐਡ ਕਰ ਸਕਦੇ ਹੋ ਜਿਹੜਾ ਸੁੱਕਾ ਦੁੱਧ ਹੁੰਦਾ ਉਹਦੇ ਨਾਲ ਉਸ ਤੋਂ ਵੀ ਜ਼ਿਆਦਾ ਵਧੀਆ ਟੇਸਟ ਆਉਂਦਾ ਤੁਸੀਂ ਵਿੱਚ ਟੂਟੀ ਫਰੂਟੀ ਪਾ ਸਕਦੇ ਹੋ ਹੋਰ ਵਧੀਆ ਬਣਾਉਣ ਵਾਸਤੇ ਪਰ ਆਪਾਂ ਤਾਂ ਸਿੰਪਲ ਐਵੇਂ ਤਿੰਨਾ ਬਣਾਵਾਂਗੇ ਜੀ ਆਹ ਦੇਖੋ ਕਿੰਨਾ ਘੈਂਟ ਹੋ ਗਿਆ ਜੀ ਆਪਣਾ ਇਹ ਆਹ ਦੇਖੋ ਅਤੇ ਲਓ ਜੀ ਆਪਣਾ ਬਣ ਕੇ ਤਿਆਰ ਆ ਦੇਖੋ ਆਹ ਦੇਖੋ ਅਤੇ ਹੁਣ ਆਪਾਂ 10 ਮਿੰਟ ਵੇਟ ਕਰਨੀ ਇੰਨੇ ਠੰਡਾ ਹੋ ਜੂਗਾ ਇਹ ਲਓ ਜੀ ਹੁਣ ਆਪਾਂ ਨੇ ਦੇਖੋ ਐਵੇਂ ਤੇਲ ਲਾ ਦੇਣਾ ਤੇਲ ਲਾ ਦਿਓ ਥਾਲੀ ਨੂੰ ਕਿਸੇ 'ਚ ਜਿਹੜੀ ਟਰੇ ਟਰੋ 'ਚ ਤੁਹਾਨੂੰ ਆਪਣਾ ਪਾਣੀ ਹੈ ਇਹ ਐਵੇਂ ਤੇਲ ਲਾ ਦਿਓ ਲਓ ਜੀ ਹੁਣ ਆਪਾਂ ਥਾਲੀ 'ਚੋਂ ਕੱਢ ਲੈਂਦੇ ਹਾਂ ਆਹ ਤੁਹਾਡੀ 10 ਕੁ ਮਿੰਟ 'ਚ ਹੀ ਜੰਮ ਜੂਗੀ ਬਰਫੀ ਚਮਚੇ ਨਾਲ ਉਤਰੂਗਾ ਤੇ ਇੰਨੇ ਜੀ ਬਰਫੀ ਜੰਮ ਰਹੀ ਹੈ ਮੈਂ ਸੋਚਿਆ ਮੈਂ ਇੱਧਰ ਆ ਜਾਂਦਾ ਅਤੇ ਆਹ ਦੇਖੋ ਉੱਪਰ ਏਸੀ ਦਿਖ ਰਿਹਾ ਹੋਣਾ ਤੁਹਾਨੂੰ ਆਹ ਦੇਖੋ ਅਤੇ ਇਹਦੀ ਵੀ ਆਪਾਂ ਅੱਜ ਸਰਵਿਸ ਕਰਾਈ ਹੈ ਇੰਨੇ ਦਿਨਾਂ ਬਾਅਦ ਅਤੇ ਅੱਜ ਚਲਾਇਆ ਸੀ ਅੱਜ ਗਰਮੀ ਜੀ 2-3 ਦਿਨਾਂ ਤੋਂ ਬਹੁਤ ਹੋ ਗਈ ਸੀਗੀ ਤਾਂ ਕਰਕੇ ਮੈਂ ਅੱਜ ਏਸੀ ਦੀ ਸਰਵਿਸ ਕਰਾਈ ਅਤੇ ਅੱਜ ਚਲਾਇਆ ਅਤੇ ਇੰਨੇ ਆਪਣੀ ਜੀ ਬਰਫੀ ਠੰਡੀ ਹੋਊਗੀ ਇੰਨੇ ਆਪਾਂ ਨੇ ਥਾਲੀ 'ਚ ਜਮਾਉਣੇ ਵਾਸਤੇ ਰੱਖ ਤੀ ਇੰਨੇ ਆਪਾਂ ਉਰੇ ਵੇਟ ਕਰ ਲੈਂਦੇ ਹਾਂ ਅਤੇ ਫਿਰ ਚੱਲਾਂਗੇ ਕਿਚਨ 'ਚ ਅਤੇ ਫਿਰ ਆਪਾਂ ਅਗਲਾ ਪ੍ਰੋਸੈਸ ਹੈ ਜੋ ਬਰਫੀ ਦਾ ਉਹ ਕਰਾਂਗੇ ਤਾਂ ਦੇਖੋ ਜੀ ਆਪਣੀ ਬਰਫੀ ਬਿਲਕੁਲ ਜੰਮ ਕੇ ਤਿਆਰ ਹੈ ਇਹ ਹੁਣ ਕੱਟਣ ਦੇ ਯੋਗ ਹੋ ਗਈ ਅਤੇ ਹੁਣ ਇਹਨੂੰ ਆਪਾਂ ਕੱਟ ਲਾਂਗੇ ਚੰਗੀ ਤਰ੍ਹਾਂ ਅਤੇ ਫਿਰ ਖਾ ਲਾਂਗੇ ਅਸੀਂ ਤਾਂ ਬਸ ਥੋੜ੍ਹੀ ਜਿਹੀ ਬਣਾਈ ਆ ਦੇਖੋ ਬਸ 10 ਕੁ ਬਰਫੀਆਂ ਹੋਣੀਆਂ 4-5-10 ਛੋਟੀ ਛੋਟੀ ਕੱਟੂਗੇ ਅਤੇ ਬਸ ਜੀ ਅਤੇ ਐਵੇਂ ਤੁਸੀਂ ਬਣਾ ਲਿਓ ਬਹੁਤ ਸਵਾਦ ਲੱਗਦੀ ਹੈ ਜੇ ਕਦੇ ਖਾਣ ਨੂੰ ਦਿਲ ਕਰਿਆ ਤੁਹਾਡਾ ਵੀ ਬਰਫੀ ਖਾਣ ਦਾ ਹਾਂਜੀ ਸੋ ਕਿੱਦਾਂ ਲੱਗੀ ਤੁਹਾਨੂੰ ਬਰਫੀ ਦੀ ਰੈਸਪੀ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਅਤੇ
ਬਰਫੀ ਤੁਸੀਂ ਜ਼ਰੂਰ ਟਰਾਈ ਕਰ ਲਿਓ। ਕੋਈ ਪੈਸਾ ਕੋਈ ਖਰਚਾ ਨਹੀਂ ਆਉਂਦਾ, ਨਾ ਕੋਈ ਦੁੱਧ ਬਹੁਤਾ ਲੱਗਦਾ, 10-15 ਮਿੰਟ ਲੱਗਦੇ ਨੇ, ਅਤੇ ਤੁਸੀਂ ਜ਼ਰੂਰ ਬਣਾ ਲਿਓ। ਅਤੇ ਫਿਰ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ। ਅੱਜ ਦੀ ਵੀਡੀਓ 'ਚ ਕੁਕਿੰਗ ਹੀ ਸੀਗੀ, ਅੱਜ ਦੀ ਵੀਡੀਓ 'ਚ ਕੋਈ ਵਲੋਗ ਨਹੀਂ ਸੀਗਾ। ਅਤੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ, ਤਦ ਤੱਕ ਲਈ ਬਾਏ ਬਾਏ, ਥੈਂਕ ਯੂ, ਟੇਕ ਕੇਅਰ, ਅਤੇ ਬਾਏ ਬਾਏ।